ਜੀ ਦੋਸਤੋ, ਅੱਜ ਬਣਾਵਾਂਗੇ ਆਪਾਂ ਚਟਨੀ। ਅਤੇ ਆਹ ਮੈਂ ਪੁਦੀਨਾ ਲੈ ਲਿਆ ਏ, ਇਹ ਪੁਦੀਨਾ ਏ ਸਾਰਾ ਮੈਂ ਸਾਫ਼ ਕਰਕੇ ਇਹਦੇ ਧੋ ਕੇ ਰੱਖ ਲਿਆ ਆ। ਅਤੇ ਇੱਧਰ ਮੈਂ ਧਨੀਆ ਲੈ ਲਿਆ ਏ, ਧਨੀਆ ਵੀ ਮੈਂ ਪਾਣੀ 'ਚ ਪਾ ਤਾ ਧੋਣ ਵਾਸਤੇ, ਵੈਸੇ ਮੈਂ ਪਹਿਲਾਂ ਵੀ ਧੋਤਾ ਸੀ। ਅਤੇ ਇੱਧਰ ਮੈਂ ਟਮਾਟਰ ਲੈ ਲਵਾਂਗੀ ਇੱਕ, ਅਤੇ ਹਰੀਆਂ ਮਿਰਚਾਂ ਚਾਰ, ਅਤੇ ਇੱਕ ਪਿਆਜ਼ ਭੂਕਾ ਵਾਲਾ। ਅਤੇ ਤੁਹਾਡੀ ਮਰਜ਼ੀ ਆ, ਮਤਲਬ ਕਿ ਤੁਸੀਂ ਪਿਆਜ਼ ਵੱਧ ਵੀ ਲੈ ਸਕਦੇ ਹੋ, ਅਤੇ ਮੇਰੇ ਕੋਲ ਹੋਰ ਹੈਗੇ ਆ, ਪਰ ਮੈਂ ਇੱਕ ਹੀ ਪਿਆਜ਼ ਭੁੱਕਾ ਵਾਲਾ ਪਾਊਂਗੀ। ਅਤੇ ਮਿਰਚਾਂ ਜੋ ਕਿ ਕੌੜੀਆਂ ਨਹੀਂ ਹੈਗੀਆਂ, ਬਿਲਕੁਲ ਨਹੀਂ ਕੌੜੀਆਂ, ਹੁਣ ਮਿੱਠੀਆਂ ਮਿੱਠੀਆਂ ਆਉਂਦੀਆਂ ਮਿਰਚਾਂ, ਤਾਂ ਕਰਕੇ ਮੈਂ ਚਾਰ ਮਿਰਚਾਂ ਪਾਉਣ ਲੱਗੀ ਹਾਂ। ਅਤੇ ਜੇ ਜ਼ਿਆਦੀਆਂ ਕੌੜੀਆਂ ਹੋਣਗੀਆਂ ਤੁਹਾਡੀਆਂ ਤਾਂ ਤੁਸੀਂ ਦੋ ਹੀ ਪਾ ਸਕਦੇ ਹੋ। ਅਤੇ ਮੈਂ ਲਊਂਗੀ ਇੱਕ ਟਮਾਟਰ। ਅਤੇ ਚਲੋ ਜੀ, ਹੁਣ ਮੈਂ ਸਾਰਾ ਸਮਾਨ ਇਹਨੂੰ ਪਿਆਜ਼ ਨੂੰ ਕੱਟ ਲਾਂ ਧੋ ਲਾਂ, ਅਤੇ ਉਸ ਤੋਂ ਬਾਅਦ ਮੈਂ ਮਿਕਸੀ 'ਚ ਬਣਾਊਂਗੀ ਚਟਨੀ, ਅਤੇ ਜੋ ਬਹੁਤ ਵਧੀਆ ਬਣਦੀ ਆ। ਬਾਕੀ ਇਹ ਆ ਵੀ ਕੁੰਡੇ ਦੀ ਚਟਨੀ ਤਾਂ ਬਹੁਤ ਸਵਾਦ ਬਣਦੀ ਆ, ਕੁੰਡੇ ਦੀ ਕੁੰਡੀ ਡੰਡਾ ਵੀ ਮੇਰੇ ਕੋਲ ਹੈਗਾ ਵਾ, ਪਰ ਬਹੁਤ ਟਾਈਮ ਲੱਗਦਾ ਉੱਤੇ ਕੁੱਟਣ ਨੂੰ। ਪਰ ਅਸਲ 'ਚ ਕੁੰਡੀ ਡੰਡੇ ਵਾਲੀ ਚਟਨੀ ਸਵਾਦ ਲੱਗਦੀ ਆ, ਪਰ ਮਸ਼ੀਨ 'ਚ ਜਲਦੀ ਹੋ ਜਾਂਦੀ ਆ। ਚਲੋ ਜੀ, ਮੈਂ ਹੁਣ ਇਹਨੂੰ ਸਾਰੀ ਨੂੰ ਮਿਰਚਾਂ ਨੂੰ ਕੱਟ ਲਵਾਂਗੀ, ਧਨੀਏ ਨੂੰ ਵੀ ਸਾਫ਼ ਕਰਕੇ ਕੱਟ ਕੇ, ਅਤੇ ਪਿਆਜ਼ ਨੂੰ ਕੱਟ ਲਵਾਂਗੀ। ਅਤੇ ਚਲੋ ਜੀ, ਮੈਂ ਬਣਾਉਂਦੀ ਹਾਂ ਚਟਨੀ, ਬਣੇ ਰਹੋ ਤੁਸੀਂ ਮੇਰੇ ਵੀਡੀਓ ਨਾਲ ਐਂਡ ਤੱਕ। ਇੱਧਰ ਵਾਈਟ ਚਨੇ ਮੈਂ ਧਰਤੇ ਆ ਕੁੱਕਰ 'ਚ ਦੁਪਹਿਰ ਵਾਸਤੇ, ਸਬਜ਼ੀ ਵਾਸਤੇ। ਮੈਂ ਖਾਂਦੀ ਨਹੀਂ, ਵੈਸੇ ਬੱਚੇ ਮੰਗਦੇ ਆ, ਅਤੇ ਇਸ ਕਰਕੇ ਮੈਂ ਬੱਚਿਆਂ ਵਾਸਤੇ ਮੈਂ ਧਰਤੇ ਆ ਸਬਜ਼ੀ, ਮਤਲਬ ਕਿ ਵਾਈਟ ਚਨੇ। ਅਤੇ ਮੈਨੂੰ ਪਸੰਦ ਨਹੀਂ ਆ ਵਾਈਟ ਚਨੇ, ਕਿਉਂਕਿ ਭਾਵੇਂ ਬਾਜ਼ਾਰ ਦੇ ਆ ਅਤੇ ਚਾਹੇ ਘਰ ਦੇ ਆ, ਮੈਨੂੰ ਵਾਈਟ ਚਨੇ ਨਹੀਂ ਪਸੰਦ। ਮੈਨੂੰ ਬਲੈਕ ਚਨੇ ਬਹੁਤ ਪਸੰਦ ਆ, ਮੈਨੂੰ ਬਹੁਤ ਵਧੀਆ ਲੱਗਦੇ ਆ, ਜ਼ਿਆਦਾ ਮੈਂ ਉਹ ਖਾਂਦੀ ਹਾਂ। ਅਤੇ ਵਾਈਟ ਚਨੇ ਨਹੀਂ ਮੈਨੂੰ ਪਸੰਦ, ਪਰ ਬਣਾਉਣੇ ਪੈਂਦੇ ਬੱਚਿਆਂ ਕਰਕੇ। ਅਤੇ ਬਾਕੀ ਇੱਧਰ ਮੈਂ ਸਾਰਾ ਸਮਾਨ ਪਾ ਤਾ ਆ, ਅੱਧਾ ਟਮਾਟਰ ਲਿਆ ਮੈਂ, ਪਿਆਜ਼ ਮੈਂ ਦੋ ਲੈ ਲਏ ਸੀ। ਫਿਰ ਮੈਂ ਖਾ ਰੱਖ ਕੇ ਵੀ ਕੀ ਕਰਨਾ, ਪਿਆਜ਼ ਹਰਾ ਪਿਆਜ਼ ਭੁੱਕਾ ਵਾਲਾ ਘੱਟ ਵਰਤੀ ਦਾ ਵਾ, ਫਿਰ ਮੈਂ ਦੋ ਪਿਆਜ਼ ਪਾਤੇ ਆ, ਅਤੇ ਮਿਰਚਾਂ ਕੱਟ ਕੇ ਪਾਤੀਆਂ, ਪੁਦੀਨਾ ਪਾਤਾ, ਸਭ ਕੁਛ ਪਾਤਾ ਵਾ। ਅਤੇ ਲਓ ਜੀ, ਹੁਣ ਮੈਂ ਬਣਾਉਂਦੀ ਹਾਂ ਮਿਕਸੀ 'ਚ ਬਣਾਉਂਦੀ ਹਾਂ। ਤਾਂ ਲਓ ਜੀ, ਮੈਂ ਮਿਕਸੀ ਦੇ ਜੱਗ 'ਚ ਪਾਤਾ ਆ ਮੈਂ ਸਾਰਾ ਸਮਾਨ, ਅਤੇ ਹੁਣ ਇਹਦੇ ਵਿੱਚ ਲੂਣ ਪਾ ਦਾਂਗੇ, ਜੇ ਘੱਟ ਹੋਊਗਾ ਬਾਕੀ ਬਾਅਦ 'ਚ ਪਾ ਦਾਂਗੇ, ਕਿਉਂਕਿ ਇੱਕ ਵਾਰ ਦਾ ਮਤਲਬ ਕਿ ਇੰਨੇ ਜ਼ਿਆਦਾ ਨਹੀਂ ਪਏ। ਵੱਡਾ ਜੱਗ ਵੀ ਹੈਗਾ ਵਾ, ਪਰ ਮੈਂ ਵੱਡਾ ਲਿਆ ਨਹੀਂ, ਫਿਰ ਵੀ ਮੈਨੂੰ ਲੱਗਦਾ ਦੋ ਵਾਰ 'ਚ ਪੈਣਗੇ, ਪਊਗਾ ਸਾਰਾ ਸਮਾਨ, ਅਤੇ ਦੂਸਰੀ ਵਾਰ ਬਾਅਦ 'ਚ ਕਰਾਂਗੇ। ਇਹਨੂੰ ਪੀਸ ਲਈਏ ਪਹਿਲਾਂ। ਤਾਂ ਲਓ ਜੀ, ਆਪਣੀ ਚਟਨੀ ਬਣ ਕੇ ਤਿਆਰ ਆ, ਹੁਣ ਮੈਂ ਉਹ ਇਹਨੂੰ ਕੱਢ ਲਾਂਗੀ, ਅਤੇ ਹੁਣ ਇਹਨੂੰ ਪਾ ਦਾਂਗੀ। ਪਰ ਬਾਕੀ ਨਾ ਤੁਸੀਂ ਥੋੜ੍ਹਾ ਜਿਹਾ ਪਾਣੀ ਪਾ ਦਿਓ, ਜਦੋਂ ਆਪਾਂ ਸਾਰਾ ਸਮਾਨ ਪਾਉਂਦੇ ਹਾਂ ਨਾ ਜੱਗ ਦੇ ਵਿੱਚ, ਮਾੜਾ ਜਿਹਾ ਪਾਣੀ ਘੁੱਟ ਕੁ ਪਾਣੀ ਪਾ ਦਿਓ, ਅਤੇ ਤਾਂ ਫਿਰ ਮਿਕਸੀ ਚੱਲਦੀ ਆ, ਅਤੇ ਤਾਂ ਕਰਕੇ ਥੋੜ੍ਹੀ ਪਤਲੀ ਹੋ ਜਾਂਦੀ ਆ, ਅਤੇ ਬਹੁਤ ਹੀ ਵਧੀਆ ਅਤੇ ਬਹੁਤ ਹੀ ਟੇਸਟੀ ਬਣੀ ਆ। ਤਾਂ ਲਓ ਜੀ ਦੋਸਤੋ, ਚਟਨੀ ਸਾਡੀ ਹੋ ਗਈ ਆ ਤਿਆਰ। ਇੱਧਰ ਮੈਂ ਪਲਾਸਟਿਕ ਦੀ ਡੱਬੀ 'ਚ ਕੱਢ ਲਈ ਆ, ਅਤੇ ਇੱਧਰ ਵੀ ਦੂਸਰਾ ਫੇਰਾ ਵੀ ਮਤਲਬ ਕਿ ਚਟਨੀ ਦਾ ਬਣ ਗਿਆ ਏ। ਲਓ ਜੀ, ਬਹੁਤ ਹੀ ਵਧੀਆ ਬਣੀ ਆ, ਅਤੇ ਬਹੁਤ ਹੀ ਕਰਾਰੀ ਬਣੀ ਆ। ਚਲੋ, ਉਹ ਸਵਾਦ ਤਾਂ ਨਹੀਂ ਹੈਗਾ ਕੁੰਡੀ ਡੰਡੇ ਵਾਲਾ, ਪਰ ਫਿਰ ਵੀ ਆਪਾਂ ਚਲੋ ਚਟਨੀ ਬਣਾ ਲਈ ਆ ਮਸ਼ੀਨ 'ਚ, ਅਤੇ ਚਲੋ ਸਵਾਦ ਲੱਗਦੀ ਆ ਸਾਰੀਆਂ ਸਬਜ਼ੀਆਂ ਦੇ ਨਾਲ। ਜੇ ਸਬਜ਼ੀ ਬਣਾਵੇ ਤਾਂ ਬੰਦਾ ਚਟਨੀ ਲੈ ਕੇ ਅਤੇ ਲੱਸੀ ਲੈ ਕੇ ਦਹੀਂ ਲੈ ਕੇ ਰੋਟੀ ਤਾਂ ਖਾ ਸਕਦਾ ਹੈ। ਬਿਲਕੁਲ ਸੌਖੇ ਤਰੀਕੇ ਨਾਲ ਆਪ ਚਟਨੀ ਬਣਾਓ ਅਤੇ ਖਾਓ। ਅਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ,
ਵੀਡੀਓ ਨੂੰ ਕਰ ਦਿਓ ਲਾਈਕ। ਤੁਸੀਂ ਵੱਧ ਤੋਂ ਵੱਧ ਸਾਰੇ ਜਣੇ ਮੈਨੂੰ ਸਪੋਰਟ ਕਰੋ ਪਲੀਜ਼ ਸਾਰੇ ਜਣੇ। ਅਤੇ ਮੇਰਾ ਵੋਚ ਟਾਈਮ ਹਾਲੇ ਕੰਪਲੀਟ ਨਹੀਂ ਹੋਇਆ, ਤਾਂ ਜੋ ਮੇਰਾ ਵੋਚ ਟਾਈਮ ਕੰਪਲੀਟ ਹੋ ਜਾਵੇ। ਥੈਂਕ ਯੂ ਜੀ।